6ਵੇਂ ਪੇ ਕਮਿਸ਼ਨ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਕਦੀ ਸਰਕਾਰੀ ਮੁਲਾਜ਼ਮ ਕਦੀ ਸਰਕਾਰੀ ਡਾਕਟਰ ਅਤੇ ਹੋਰ ਵੱਖ ਵੱਖ ਅਦਾਰਿਆਂ ਦੇ ਲੋਕ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਨੇ। ਸਰਕਾਰ ਨੂੰ ਇਸ ਰਿਪੋਰਟ ਨੂੰ ਰੱਦ ਕਰਵਾਉਣ ਦੀ ਮੰਗ ਵੀ ਕਰ ਰਹੇ ਨੇ, ਜਿਸ ਦੇ ਚੱਲਦਿਆਂ ਬਠਿੰਡਾ ਤੋਂ ਬੀਤੇ ਦਿਨੀ ਮਜ਼ਦੂਰ ਵਪਾਰੀ ਕਿਸਾਨ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਦਾ ਇੱਕ ਜੱਥਾ ਬਠਿੰਡਾ ਤੋਂ ਪੈਦਲ ਯਾਤਰਾ ਕਰਕੇ ਅੰਮ੍ਰਿਤਸਰ ਪਹੁੰਚਿਆ, ਜਿੱਥੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਰਕਾਰ ਨੂੰ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਵਾਉਣ ਦੀ ਮੰਗ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਬਿਲਕੁਲ ਵਾਅਦਿਆਂ ਤੋਂ ਉਲਟ ਜਾਰੀ ਕੀਤੀ ਹੈ, ਜਿਸ ਦੇ ਕਾਰਨ ਹਰੇਕ ਮਹਿਕਮੇ ਵਿੱਚ ਇਸ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਅਤੇ ਜਿਸ ਦੇ ਚੱਲਦਿਆਂ ਅਸੀਂ ਅੱਜ ਬਠਿੰਡਾ ਤੋਂ ਅੰਮ੍ਰਿਤਸਰ ਯਾਤਰਾ ਕਰਕੇ ਹਰ ਵਰਗ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨ ਲਈ ਪਹੁੰਚੇ ਹਾਂ ਅਤੇ ਇਹ ਵੀ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਸਦ ਬੁੱਧੀ ਬਖਸ਼ੇ ਅਤੇ ਇਸ ਰਿਪੋਰਟ ਨੂੰ ਰੱਦ ਕੀਤਾ ਜਾਵੇ। ਮੈਂ ਕੁਲਵੰਤ ਸਿੰਘ ਡੇਰੀਵਾਲ, ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰੀ ਨੇ ਅੰਮ੍ਰਿਤਸਰ। ਅੱਜ ਸਾਡੇ ਵਾਸਤੇ ਸਾਰੇ ਮੁਲਾਜ਼ਮਾਂ ਵਾਸਤੇ ਬੜਾ ਸੁਭਾਗਾ ਦੇਣਾ, ਬੜੇ ਚਿਰ ਦੀ ਇਹ ਲੋੜ ਸੀਗੀ ਵੀ ਮੁਲਾਜ਼ਮ ਅਤੇ ਆਮ ਲੋਕ ਇੱਕ ਮੰਚ 'ਤੇ ਹੁਣ ਇਕੱਠੇ ਹੋਣ। ਸਰਕਾਰ ਨੇ ਬੜੀ ਚਲਾਕੀ ਦੇ ਨਾਲ ਸਰਕਾਰੀ ਮੁਲਾਜ਼ਮਾਂ ਦਾ ਲੋਕਾਂ ਦਾ ਪਾੜਾ ਵਧਾਇਆ, ਪਾੜਾ ਵਧਾਉਣ ਕਰਕੇ ਲੋਕਾਂ ਨੂੰ ਸਰਕਾਰੀ ਅਦਾਰਿਆਂ ਦੁਸ਼ਮਣ ਬਣਾ ਕੇ ਬੜੀ ਚਾਲ ਨਾਲ ਸਾਰੇ ਸਰਕਾਰੀ ਅਦਾਰੇ ਸਾਰੇ ਖਤਮ ਕਰਤੇ, ਮੇਨ ਅਦਾਰੇ ਸਾਰੇ ਵੇਚਤੇ। ਅੱਜ ਬੜੀ ਖੁਸ਼ੀ ਦੀ ਗੱਲ ਆ, ਆਮ ਪਬਲਿਕ, ਵਪਾਰ ਮੰਡਲ, ਕਿਸਾਨ, ਜਿੰਨੇ ਵੀ ਸਮੁੱਚੇ ਯੂਨੀਅਨਾਂ ਵਾ, ਸਾਰਾ ਮੁਲਾਜ਼ਮ ਮੰਚ ਇੱਕ ਪਲੇਟਫਾਰਮ 'ਤੇ ਆ ਗਿਆ। ਹੁਣ ਉਹ ਦਿਨ ਦੂਰ ਨੀਗਾ ਜਦੋਂ ਅਸੀਂ ਸਾਰੇ ਜਿਹੜੇ ਸਾਡੇ ਹੱਕ ਖੁਸ਼ ਰਹੇ ਆ, ਜੀਣ ਦੇ ਹੱਕ ਵੀ ਸਾਡੇ ਕੋਲ ਖੁਸ਼ ਰਹੇ ਆ, ਸਾਡੇ ਜਿਹੜੇ ਫੰਡਾਮੈਂਟਲ ਰਾਈਟ ਆ, ਮੁੱਢਲੇ ਅਧਿਕਾਰ ਆ, ਉਹ ਵੀ ਖੋਏ ਜਾ ਰਹੇ ਆ। ਹੁਣ ਅਸੀਂ ਇੱਕ ਮੰਚ ਦੇ ਇਕੱਤਰ ਹੋ ਕੇ ਇਹ ਸਰਕਾਰ ਨੂੰ ਭਾਜੜਾਂ ਪਾਵਾਂਗੇ ਅਤੇ ਆਪਣੇ ਸਾਰੇ ਹੱਕ ਲਵਾਂਗੇ। 16 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਉੱਥੇ ਪਹੁੰਚ ਰਹੇ ਜੀ? ਹਾਂ ਬਿਲਕੁਲ, ਜਿਹੜਾ ਬਠਿੰਡੇ 16 ਤਰੀਕ ਨੂੰ ਵਪਾਰ ਮੰਡਲ ਵੱਲੋਂ, ਮਹਿਤਾ ਜੀ ਵੱਲੋਂ ਇਕੱਠ ਰੱਖਿਆ ਗਿਆ, ਸਾਡੇ ਸਮੁੱਚੇ ਪੰਜਾਬ ਦੇ ਮੁਲਾਜ਼ਮ, ਸਾਂਝਾ ਮੁਲਾਜ਼ਮ ਮੰਚ, PSMU ਦੇ, DC ਆਫਿਸ ਯੂਨੀਅਨ ਦੇ ਕਰਮਚਾਰੀ ਸਾਰੇ ਉੱਥੇ ਪਹੁੰਚਣਗੇ। ਮਹਿਤਾ ਜੀ ਬਾਈ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਸਾਡੇ ਪ੍ਰਧਾਨ ਜੀ ਨੇ ਅਮਿਤ ਕਪੂਰ ਜੀ ਅਤੇ ਸਾਡੇ ਜਿੰਨੀਆਂ ਵੀ ਜਥੇਬੰਦੀਆਂ, ਗੌਰਮੈਂਟ ਜਥੇਬੰਦੀਆਂ, ਵਿਰਕ ਸਾਹਿਬ ਆ, ਸਾਡੇ ਬਾਈ ਜੀ ਖੜੇ ਅੰਮ੍ਰਿਤਸਰ ਤੋਂ ਪ੍ਰਧਾਨ ਜੀ ਹੈ, ਹੋਰ ਜਿੰਨੇ ਵੀ ਜਥੇਬੰਦੀਆਂ ਦੇ ਸਾਡੇ ਮੇਨ ਲੀਡਰਸ਼ਿਪ ਉਹ ਨਾਲ ਆਈ ਹੈ। ਅਸੀਂ ਬਠਿੰਡਾ ਤੋਂ ਚੱਲੇ ਹੋਏ, ਕੋਟਪੁਰਾ ਹੁੰਦੇ ਹੋਏ, ਟਹਿਣਾ ਪਿੰਡ, ਦੈਨ ਜੀਰਾ, ਸਰਾਈ ਕਲਾਂ, ਤਰਨ ਤਾਰਨ ਹੁੰਦੇ ਹੋਏ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ। ਅੰਮ੍ਰਿਤਸਰ ਹੁੰਦੇ ਸੀ ਵਾਹਿਗੁਰੂ ਜੀ ਅਰਦਾਸ ਕਰ ਰਹੇ ਵੀ ਵਾਹਿਗੁਰੂ ਜੀ ਸਰਕਾਰ ਨੂੰ ਸਤਿਗੁਰੀ ਬਖਸ਼ਣ, ਜੋ ਉਹਨਾਂ ਨੇ ਇਹ ਫਰੋਡ ਕੀਤਾ 6ਵੀਂ ਪੇ ਕਮਿਸ਼ਨ ਦਾ, ਜਾਂ ਵਪਾਰੀਆਂ ਨਾਲ ਬਿਜਲੀ ਕੀਤੀ ਦਾ ਵਾਅਦਾ ਕੀਤਾ, ਉਹ ਫਰੋਡ ਕੀਤਾ, ਮਜ਼ਦੂਰਾਂ ਨੂੰ ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲਦੀਆਂ, ਕੋਰੋਨਾ ਦੇ ਵਿੱਚ ਜੋ ਸਰਕਾਰੀ ਮੁਲਾਜ਼ਮਾਂ ਦੇ ਇੰਨੀਆਂ ਦਿੱਕਤਾਂ ਆਈਆਂ, ਉਹਨਾਂ ਦੇ ਬਿੱਲ, ਇੱਕ ਸਿੰਗਲ ਬਿੱਲ ਇਹਨਾਂ ਨੇ ਦਿੱਤਾ ਤਕਰੀਬਨ 100 ਕਰੋੜ ਰੁਪਏ ਉਹਨਾਂ ਕੋਲ ਪੈਂਡਿੰਗ ਰੱਖੀ, ਇਹੋ ਜਿਹੀਆਂ ਹੋਰ ਬਹੁਤ ਚੀਜ਼ਾਂ ਨੇ। ਅਸੀਂ ਮੇਨਲੀ ਉਹ ਸਾਰੇ ਚੀਜ਼ਾਂ ਨੂੰ ਲੈ ਕੇ ਨਾਲ, ਹਰ ਵਰਗ ਨੂੰ ਨਾਲ ਲੈ ਕੇ, ਕਿਸਾਨ ਨੂੰ ਨਾਲ ਲੈ ਕੇ ਅਸੀਂ ਇੱਥੇ ਅਰਦਾਸ ਕਰਨ ਆਏ ਹਾਂ ਵੀ ਇਹ ਸਰਕਾਰ ਨੂੰ, ਇਸ ਮਨਪ੍ਰੀਤ ਬਾਦਲ ਨੂੰ ਸਤਿਗੁਰੀ ਬਖਸ਼ੇ ਐਂਡ ਵਾਹਿਗੁਰੂ ਜੀ ਸਾਡੇ 'ਤੇ ਆਸ਼ੀਰਵਾਦ ਰੱਖਣ, ਅਸੀਂ ਇਹ ਚੀਜ਼ਾਂ ਜੋ ਲੋਕਾਂ ਦੇ ਹੱਕ ਲੋਕਾਂ ਨੂੰ ਦਵਾ ਸਕੀਏ। ਨੈਕਸਟ ਪ੍ਰੋਗਰਾਮ ਕੀ ਲਿਖਿਆ ਗਿਆ? ਅਸੀਂ ਨੈਕਸਟ ਪ੍ਰੋਗਰਾਮ, ਕਿਉਂਕਿ ਬਾਰਿਸ਼, ਮੌਸਮ ਬਹੁਤ ਖਰਾਬ ਹੈ, ਤੁਸੀਂ ਦੇਖਿਆ ਸੀ ਵੀ ਬਾਰਿਸ਼ ਪੈ ਰਹੀ ਹੈ, ਔਰ ਸਾਡੇ ਕਾਫੀ ਸਾਥੀ ਇੱਥੇ ਪਹੁੰਚ ਨਹੀਂ ਪਾਏ ਹੈ, ਇਸ ਕਰਕੇ ਅਸੀਂ ਨੈਕਸਟ ਮਹਾਂ ਸਭਾ ਜੋ ਹੈ ਬਠਿੰਡਾ 16 ਤਰੀਕ ਨੂੰ ਅਸੀਂ ਇਕੱਠੇ ਹੋ ਕੇ, ਕਿਹੜੇ ਕਿਹੜੇ ਸੰਸਥਾਵਾਂ ਸ਼ਾਮਿਲ ਹੋ, ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਗਵਰਨਮੈਂਟ ਸੰਸਥਾਵਾਂ ਬਣਾਉਣ ਬਾਰੇ ਪੁੱਛ ਰਹੇ, ਉਹ ਸਾਰੀਆਂ ਸਾਡੇ ਨਾਲ ਹੈ, ਉਹਨਾਂ ਨੇ ਪ੍ਰੈਸ ਨੋਟ ਪਹਿਲਾਂ ਇਸ਼ੂ ਕੀਤੇ ਹੈ, ਪਿਛਲੇ ਹਫ਼ਤੇ 7 ਤਰੀਕ ਤੋਂ ਬਾਅਦ ਹੁਣ ਤੱਕ ਹਰ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ, ਵਪਾਰ ਮੰਡਲ ਸਾਡੇ ਨਾਲ ਹੈ, ਸਾਡੇ ਨਾਲ ਕਿਸਾਨ ਵੀਰਾਂ ਦੇ ਬਹੁਤ ਨਾਲ ਹੈ, ਅਸੀਂ ਸਾਰੇ ਮਿਲ ਕੇ ਅਸੀਂ ਅੱਗੇ ਚੱਲਾਂਗੇ। ਸਰ, ਡਰੋਨ ਨਾਲ ਫੋਟੋਗ੍ਰਾਫੀ ਕੀਤੀ ਗਈ ਹੈ, ਤੁਸੀਂ ਸਰਕਾਰ ਕੋਲ ਲੋਕਲ ਪ੍ਰਸ਼ਾਸਨ ਕੋਲ ਲਈ ਸੀ? ਹਾਂ, ਅਸੀਂ ਪਹਿਲਾਂ DCP ਸਾਹਿਬ ਨੂੰ ਸਾਰੀਆਂ ਲੈਟਰਸ ਲਿਖ ਕੇ ਉਸੇ ਦਿਨ ਤੋਂ ਹੀ ਜਦੋਂ ਬਠਿੰਡਾ ਚੱਲੇ ਸੀ, ਬਠਿੰਡਾ DC ਸਾਹਿਬ ਨੂੰ, SSP ਸਾਹਿਬ ਨੂੰ ਪੂਰਾ ਪ੍ਰੋਗਰਾਮ ਉੱਥੇ ਵੀ ਅਸੀਂ ਮੇਲ ਕਰਾਇਆ, ਲਿਖ ਕੀਤਾ, ਇੱਥੇ ਵੀ ਸਾਰੇ ਜਥੇਬੰਦੀ ਨੇ ਲਿਖ ਕੇ ਬੁਲਾ ਦਿੱਤਾ, ਔਰ ਉਹ ਸਾਰੀ ਪਰਮਿਸ਼ਨ ਅਸੀਂ ਡਰੋਨ ਬਾਰੇ ਪੁੱਛ ਲਿਆ। ਅਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਸੁਨੀਲ ਕੁਮਾਰ ਦੀ ਰਿਪੋਰਟ।